ਦੋਸਤੋ ਪੰਜਾਬ PSPCL ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ। ਦੋਸਤੋ ਏਜ ਲਿਮਿਟ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਸੈਲਰੀ ਕੀ ਦਿੱਤੀ ਜਾਵੇ, ਕਿਵੇਂ ਤੁਸੀਂ ਅਪਲਾਈ ਕਰਨਾ ਅਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਕਿਵੇਂ, ਸਾਰੀ ਜਾਣਕਾਰੀ ਡਿਟੇਲ 'ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ। ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ, ਬਿਲਕੁਲ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਜੀ। ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ, ਜੋ ਯੋਗ ਹੋਣਗੇ ਜੀ ਅਪਲਾਈ ਜ਼ਰੂਰ ਕਰਿਓ ਜੀ। ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਇਸ਼ਤਿਹਾਰ ਨੰਬਰ CRA 307/2024 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ। ਦੋਸਤੋ ਨਾ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ, ਔਨਲਾਈਨ ਅਪਲਾਈ ਕਰਨਾ ਜੀ। ਔਨਲਾਈਨ ਅਪਲਾਈ 27/3/2024 ਤੋਂ ਸਟਾਰਟ ਹੋ ਜਾਵੇਗਾ, ਜੋ ਲਾਸਟ ਡੇਟ ਰੱਖੀ ਗਈ ਹੈ ਜੀ 16/4/2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ। ਦੋਸਤੋ ਨਾ ਪੋਸਟਾਂ ਲਈ ਜੋ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ, ਪੰਜਾਬ ਗੌਰਮੈਂਟ ਰੂਲ ਦੇ ਅਨੁਸਾਰ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ। ਪੋਸਟਾਂ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਜੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਨੇ ਜੀ, ਮਕੈਨੀਕਲ ਦੀਆਂ ਟੋਟਲ ਪੋਸਟਾਂ ਨੇ ਜੀ 13। ਪੋਸਟ ਨੰਬਰ 2 ਜੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਨੇ ਜੀ, ਇੰਸਟਰੂਮੈਂਟੇਸ਼ਨ ਦੀਆਂ ਪੋਸਟਾਂ ਨੇ ਜੀ 6। ਟੋਟਲ 19+ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਵੰਡ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ, ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਜੀ। ਦੋਸਤੋ ਇਹਨਾਂ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਜੀ ਟੈਕਨੀਸ਼ੀਅਨ ਗ੍ਰੇਡ 2 ਮਕੈਨੀਕਲ ਦੀਆਂ ਪੋਸਟਾਂ ਲਈ ਕੁਆਲੀਫਿਕੇਸ਼ਨ, 3 ਤੋਂ 4 ਸਾਲ ਦਾ ਤੁਸੀਂ ਡਿਪਲੋਮਾ ਕੰਪਲੀਟ ਕੀਤਾ ਮਕੈਨੀਕਲ ਇੰਜੀਨੀਅਰਿੰਗ ਦਾ 50% ਨੰਬਰਾਂ ਨਾਲ, ਅਤੇ 10ਵੀਂ ਤੁਸੀਂ ਪਾਸ ਕੀਤੀ ਆ। ITI ਤੁਸੀਂ ਕੰਪਲੀਟ ਕੀਤੀ ਆ ਮਕੈਨੀਕਲ ਡਿਸਪਲਿਨ ਵਿੱਚ 60% ਨੰਬਰਾਂ ਨਾਲ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਪੋਸਟ ਨੰਬਰ 2 ਜੀ ਪੋਸਟ ਹੈ ਜੀ ਟੈਕਨੀਕਲ ਗ੍ਰੇਡ 2 ਇੰਸਟਰੂਮੈਂਟੇਸ਼ਨ ਦੀ ਪੋਸਟ ਹੈ ਜੀ। ਦੋਸਤੋ ਇਸ ਪੋਸਟ ਲਈ 3 ਤੋਂ 4 ਸਾਲ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ ਵਿੱਚ 50% ਨੰਬਰਾਂ ਨਾਲ, 10ਵੀਂ ਤੁਸੀਂ ਪਾਸ ਕੀਤੀ ਆ। ITI ਤੁਸੀਂ ਕੰਪਲੀਟ ਕੀਤੀ ਆ ਇੰਸਟਰੂਮੈਂਟੇਸ਼ਨ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਕੰਪਿਊਟਰ ਆਦਿ ਡਿਸਪਲਿਨ ਵਿੱਚ 60% ਨੰਬਰਾਂ ਨਾਲ, ਤਾਂ ਤੁਸੀਂ ਅਪਲਾਈ ਕਰ ਸਕੋਗੇ। ਪੰਜਾਬੀ ਤੋਂ ਨੌਲੇਜ ਹੋਣਾ ਵੀ ਜ਼ਰੂਰੀ ਹੈ ਜੀ। ਦੋਸਤੋ ਇਹਨਾਂ ਪੋਸਟਾਂ ਲਈ ਉਮਰ ਹੱਦ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ, ਅਤੇ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ। SC ਲਈ 5 ਸਾਲ ਦਾ ਜੀ, ਐਕਸਰਵਿਸਮੈਨ ਨੂੰ 3 ਸਾਲ ਦਾ ਜੀ, ਫਿਜ਼ੀਕਲੀ ਜੋ ਹੈਂਡੀਕੈਪਸ ਨੇ ਉਹਨਾਂ ਨੂੰ 10 ਸਾਲ ਦਾ ਜੀ, ਅਤੇ ਜੋ ਸਪੈਸ਼ਲ ਨੇ ਜੀ, ਜੇ ਵਿਧਵਾ ਹੋ ਗਏ ਜੀ ਜਾਂ ਹੋਰ ਕੋਈ ਕੇਸ ਹੋ ਗਿਆ, ਉਹਨਾਂ ਲਈ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ। ਦੋਸਤੋ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੈ ਜੀ। ਜਨਰਲ ਐਂਡ OBC ਲਈ 1200 ਰੁਪਏ ਐਪਲੀਕੇਸ਼ਨ ਫੀਸ ਹੈ ਜੀ। GST 216 ਰੁਪਏ, 1416 ਰੁਪਏ ਪਲੱਸ ਬੈਂਕ ਦਾ ਚਾਰਜ ਐਪਲੀਕੇਸ਼ਨ ਫੀਸ ਹੋਵੇਗੀ ਜੀ। ਜੋ SC ST PWD ਉਮੀਦਵਾਰ ਨੇ ਜੀ, ਉਹਨਾਂ ਲਈ 750 ਰੁਪਏ ਐਪਲੀਕੇਸ਼ਨ ਫੀਸ, 135 ਰੁਪਏ GST, ਟੋਟਲ ਫੀਸ ਹੈ ਜੀ 885 ਰੁਪਏ ਪਲੱਸ ਬੈਂਕ ਦਾ ਚਾਰਜ ਪੇ ਕਰਨਾ ਹੋਵੇਗਾ ਜੀ। ਇਹ ਫੀਸ ਤੁਸੀਂ ਔਨਲਾਈਨ ਪੇਮੈਂਟ ਕਰਨੀ ਹੋਵੇਗੀ। ਦੋਸਤੋ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਕਿਵੇਂ ਹੋਵੇਗਾ ਜੀ? ਸਭ ਤੋਂ ਪਹਿਲਾਂ ਤੁਹਾਡਾ ਰਿਟਨ ਐਗਜ਼ਾਮ ਲਿਆ ਜਾਵੇਗਾ ਜੀ। ਕੰਪਿਊਟਰ ਬੇਸਡ ਟੈਸਟ Part 1 ਅਤੇ Part 2 ਸਿਲੇਬਸ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ, ਦਾ ਸਕਰੀਨਸ਼ੋਟ ਲੈ ਲਿਓ ਤੁਸੀਂ। ਇਸੇ ਤਰ੍ਹਾਂ ਤੁਸੀਂ ਇਹਨਾਂ ਦੀ ਤਿਆਰੀ ਕਰ ਲੈਣੀ ਹੋਵੇਗੀ ਜੀ। ਮਲਟੀ ਚੋਇਸ ਕੁਐਸਚਨ ਹੋਣਗੇ ਜੀ, 0.25 ਦੀ ਨੈਗੇਟਿਵ ਮਾਰਕਿੰਗ ਹੋਵੇਗੀ ਜੀ। ਜੋ ਜਨਰਲ ਕੈਟੇਗਰੀ ਦੇ ਉਮੀਦਵਾਰ ਨੇ ਜੀ, 45% ਨੰਬਰ ਵਾਲੇ ਪਾਸ ਮੰਨੇ ਜਾਣਗੇ ਜੀ।
ਜੋ ਐਸਸੀ ਐਸਟੀ ਦੇ ਉਮੀਦਵਾਰ ਨੇ ਜੀ 35% ਨੰਬਰਾਂ ਵਾਲੇ ਪਾਸ ਮੰਨੇ ਜਾਣਗੇ। ਉਸ ਤੋਂ ਬਾਅਦ ਤੁਹਾਡੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ। ਮੈਰਿਟ ਲਿਸਟ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ, ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਗੇ। ਇਸ ਤਰ੍ਹਾਂ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਦੋਸਤੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।